सर्बिया तो श्री गुरु रामदास जी कौमांतरी हवाई अड्डा राजा सांसी विखे अज सवेरे पुजन वाली स्पाइस जेट दी उड़ान दे रद्द होने कारण इस उड़ान राही इत्थे पुजन वाले अते इत्थों रवाना होने वाले यात्रियों नूं भारी खज्जल खुआरी दा सामना करना पिया। जानकारी दे मुताबिक अज सवेरे सर्बिया तो अमृतसर दे श्री गुरु रामदास जी कौमांतरी हवाई अड्डा राजा सांसी विखे पुजन वाली स्पाइस जेट दी उड़ान रद्द हो गई, जिस कारण सफर करके रवाना होने वाले यात्रियों नूं भारी खज्जल खुआर होना पिया अते अपने घरां नूं वापस परतना पिया। इस मौके यात्रियों का की कहना सी, आओ जरा तुहानू सुना दिने आ। समस्या आ रही जी, मैं घरों आया ते मेरी डेढ़ फ्लैट भी दस्या उन्होंने। तुहाडा नाम की ते तुहाडा रैश किथे जी? परविंदर सिंह। परविंदर सिंह मैं नाम आया जी। हाँ जी, ते डेढ़ फ्लैट में दसी, कल मैं फोन किया जी, टिकट बनाई है, मैंने कहा डेढ़ बजे चलनी इतों अज, ते बैरगम इटली पहुंचनी 5:45 ते हुण मैं ते हुण कहिंदे जहाज सड़दा होना, उतरे नहीं जहाज इत्थे, क्यों नहीं कारण की दस रहे? पता नहीं क्या दसन डे, धुंद पै गई, इस रुकया नहीं, धुंद दिल्ली भी धुंद पई, इतने भी धुंद वक्ती थोड़ा। हूँ तुम की कह रहे हैं जी फ्लाइट तक दोनों टाइम दे रहे हैं? कह रहे सवेरे 8 बजे दिल्ली उठनी है, वो सवेरे 8 बजे उठेगी। तुम फिर समस्यावान का सब मुश्किल आई होगी? समस्या कोरोना चेक कराया, टिकट सब कुछ कराई, दोबारा फिर सारा मसला बनेगा। टिकट का की दोबारा फिर टिकट तो चलेगी? इटली तो आ रहा पेशेंट है, व्हील चेयर ते है जी। ਕਿਹੜੀ ਫਲਾਈਟ ਦੀ? ਸਪੈਸ ਜੈਟ ਦੀ। ਤੁਹਾਡਾ ਨਾਂ ਕੀ ਭਾਜੀ? ਮੇਰਾ ਨਾਮ ਜਸਵੰਤ ਸਿੰਘ ਹੈ, ਮੇਰਾ ਛੋਟਾ ਬ੍ਰਦਰ ਆ ਰਿਹਾ ਜੀ, ਆਹ ਵੀਡੀਓ ਉਹਦੀ ਦੇਖ ਲਓ ਭਾਵੇਂ। ਅਤੇ ਅਸੀਂ ਇਹਨਾਂ ਨੂੰ ਸਵੇਰ ਦੇ ਪੁੱਛਣ ਡਿਆ, ਕਹਿੰਦੇ ਫਲਾਈਟ ਚੱਲ ਗਈ ਦਿੱਲੀ। ਹਾਂਜੀ, ਬੰਦਾ ਸਾਡਾ ਜ਼ਿਆਦਾ ਸੀਰੀਅਸ ਆ, ਹੁਣ ਅਸੀਂ ਉੱਥੇ ਗੱਡੀ ਦੂਈ ਕੀਤੀ ਆ, ਅਰੇਂਜ ਕੀਤੀ ਆ ਪੈਸੇ ਲਾ ਕੇ, ਅਤੇ ਫਿਰ ਵੀ ਸਾਨੂੰ ਨਹੀਂ, ਇਹ ਹੱਥ ਪੱਲਾ ਫੜਾ ਰਿਹਾ ਸੀਗਾ ਵੀ ਸਾਡਾ ਬੰਦਾ ਉੱਥੇ ਹੈਂਡਓਵਰ ਕਰ ਦਿਓ ਜਾਂ ਜਿੱਦਾਂ ਵੀ ਆ, ਇਹ ਕਹਿੰਦੇ ਸਾਡਾ ਕੋਈ ਕਨੈਕਟ ਨਹੀਂ ਉੱਥੇ। ਕਿਉਂ ਕਹਿ ਰਹੇ ਫਲਾਈਟ ਵਾਪਸ ਕਿਉਂ ਗਈ, ਕਾਰਨ ਕੀ ਦੱਸਦੇ? ਕਹਿੰਦੇ ਜੀ ਸਵੇਰੇ ਵੈਦਰ ਖਰਾਬ ਸੀ ਤਾਂ ਚੱਲ ਗਈਆਂ, ਬਾਕੀ ਫਲਾਈਟਾਂ ਉਤਰੀਆਂ ਸਾਡੇ ਸਾਹਮਣੇ, ਉਹ ਫਲਾਈਟ ਕਹਿੰਦੇ ਜੀ ਉੱਥੇ ਚੱਲ ਗਈ ਹੈ। ਕਿੰਨੇ ਵਜੇ ਫਲਾਈਟ ਇੱਥੇ ਲੈਂਡ ਹੋਣੀ ਸੀ? ਇੱਥੇ ਹੋਣੀ ਸੀ 7:15 ਤੇ, ਹੁਣ ਟਾਈਮ ਦੇਖ ਲਓ ਤੁਸੀਂ ਕਿੰਨਾ ਹੋ ਗਿਆ, 8:00 8:15 ਦੀ ਦਿੱਲੀ ਪਹੁੰਚੀ ਹੋਈ ਆ ਫਲਾਈਟ। ਅਤੇ ਸਾਨੂੰ ਕਦੇ ਕਹਿ ਦਿੰਦੇ ਆ ਬੰਦੇ ਵਿੱਚੇ ਬੈਠੇ ਆ ਉਤਰੇ ਨਹੀਂ, ਕਦੇ ਕਹਿੰਦੇ ਆ ਬਾਹਰ ਨਿਕਲੇ, ਇੱਕ ਕਹਿੰਦਾ ਬਾਹਰ ਚੱਲ ਗਿਆ, ਇੱਕ ਕਹਿੰਦਾ ਅੰਦਰ ਚੱਲ ਗਿਆ। ਹੁਣ ਸਾਡੇ ਕੋਲ ਕੋਈ ਸਲੂਸ਼ਨ ਨਹੀਂ, ਸਾਡਾ ਬੰਦਾ ਮਰਨ ਕਿਨਾਰੇ ਆ, ਵੀਡੀਓ ਸਾਡੇ ਕੋਲ ਆ ਬੰਦੇ ਦੀ ਦੇਖ ਸਕਦੇ ਹਾਂ ਤੁਸੀਂ, ਪਰ ਇਹ ਸਾਨੂੰ ਕੋਈ ਵੀ ਬਿਲਾ ਨਹੀਂ ਫੜਾ ਰਿਹਾ, ਕੁਛ ਵੀ ਨਹੀਂ ਦੱਸ ਰਿਹਾ ਵੀ ਕਿੱਦਾਂ ਹੋਣੀ ਆ ਕਿਵੇਂ ਆ। ਹੁਣ ਉੱਥੋਂ ਸਾਡਾ ਜਿਹੜਾ ਟੈਕਸੀ ਅਸੀਂ ਕੀਤੀ ਆ ਕਿਰਾਏ 'ਤੇ, ਉਹ ਵੀ ਬੰਦਾ ਕਹਿੰਦਾ ਵੀ ਮੈਂ 12 ਵਜੇ ਤੱਕ ਵੇਟ ਕਰ ਸਕਦਾ, ਨਹੀਂ ਮੈਂ ਆ ਜਾਣਾ। ਫਿਰ ਉਸ ਤੋਂ ਬਾਅਦ ਸਾਡੇ ਪਾਸ ਇੱਥੋਂ ਕਿਹੜੇ ਹਿਸਾਬ ਨਾਲ ਅਸੀਂ ਦਿੱਲੀ ਜਾਵਾਂਗੇ ਦੱਸੋ ਤੁਸੀਂ? ਤੁਸੀਂ ਕੀ ਚਾਹੁੰਦੇ ਜੀ, ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਹਾਂ ਵੀ ਸਾਡਾ ਬੰਦਾ ਸਹੀ ਸਲਾਮਤ, ਜੇ ਕੁਛ ਵੀ ਉਹਨੂੰ ਹੋ ਗਿਆ ਤਾਂ ਇਹ ਏਅਰਲਾਈਨ ਜ਼ਿੰਮੇਵਾਰ ਆ, ਅਗਰ ਉਹਨੂੰ ਕੋਈ ਜਾਨੀ ਨੁਕਸਾਨ ਹੋ ਗਿਆ ਉਹਦਾ ਤਾਂ ਅਸੀਂ ਇਹਨਾਂ 'ਤੇ ਕੇਸ ਕਰਾਂਗੇ ਪੱਕਾ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ, ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ, ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ।